यार नाजरीन साडा भरा एक उस्मान साडे दफ्तर दे थले एक बाबश डेरा इन्हें शुरू किया है काम करना असी इनू इनू क्या यार फास्ट फूड भी शुरू कर फास्ट फूड इन्हें शुरू किया असी अज 15 दिन हो गए रोज एदा 10,000 रुपए का नुकसान करा रहे हैं भला किदा ये शैफ रख रहा नवे नवे ये शैफ लिया वा असी सारा लंगर करके कही था हाँ भाई नहीं जी नहीं यार उस्मान है नहीं सही क्योंकि ये कह रहा जी कि जानी भैन तुम ना तुम लोगों को दसना मैं क्या जी मैं तो उदो दसागा भैन जो मेरे साढ़े सारे कहे कि भी ओके टेस्ट आ हर लिया देना साढ़ा हाले ओके नहीं हो रहा नहीं तो हूँ ये कहदी कमी है ये वन ओके है हाँ मैं खादा सारा ही खादा मैं बिल्कुल सही है जी ये सारा कुछ भी खा पी के उन्हों टेस्ट ना नहीं है ढिड भरन वाला ढिड भरन ना नहीं अगले का भला करना वा जिस इलाके का ना दो टोपी वाले रस लैके ना एक रस के उत्ते मलाई ला के दूजा रस उत्ते रख के निजाम समझ आई और वो आवाज वाला बर्गर बनता वा यानी तुम उन्होंने चक मारना दो घर दूर तक पता लगना भी किसी ने बर्गर नु चक मारिया उदी खर ऐसी आवाज आउंदी रसा दी कड़क बर्गर अद्धा अद्धा अंदर जांदा अद्धा भोर के उत्ते डिगदा ओ इदां लगदा जिवें कोई सुक्की शेव करन डिया बस डिग पवे ते टाइम मार के चुक दे ए ओ बर्गर खाण वाला हां जी दसो हां बस ओ बर्गर च कोई कमी नहीं तेज कमी आ कैल्शियम एक मिनट आ जा हां जी दसो जी ओके आ लो इने कहना मन्नू नहीं पता मैनू शुगर आ तेरे लो पास आ ओके सोनी साहब तुहानू टेस्ट 100 ਚੋਂ ਕਿੰਨੇ ਪਰਸੈਂਟ ਤੁਸੀਂ ਮਾਰਕ ਦਿੰਦੇ ਆ ਸਰ ਤਕਰੀਬਨ 70% ਮਾਰਕ ਆ ਜੀ 20% ਕਮੀ ਹੈ ਤੂੰ ਦੱਸ ਬਈ ਉਸਤਾਦ ਜੀ ਮੈਂ ਸੱਚੀ ਗੱਲ ਕਰਾਂਗਾ ਮੈਂ ਝੂਠ ਨਹੀਂ ਬੋਲਾਂਗਾ ਉਸਤਾਦ ਜੀ ਮੈਨੂੰ 30% ਮਜ਼ਾ ਆਇਆ ਵਾ 70% ਨਹੀਂ ਹਾਂਜੀ ਉਸਤਾਦ ਜੀ ਮੈਂ ਜੈਨੂਇਨ ਗੱਲ ਦੱਸਾਂਗਾ ਜਦੋਂ ਖਾਦਾ ਹੀ ਨਹੀਂ ਮੈਂ ਕੀ ਦੱਸਾਂ ਸਹੀ ਗੱਲ ਹੈ ਯਾਨੀ ਇਹਦੇ ਵਾਲਾ ਸਾਥ ਤੇ ਰੱਖ ਮੈਂ ਖਾਦਾ ਹੀ ਲਓ ਮੈਂ ਤਾਂ ਛੱਤ ਨਹੀਂ ਲਾਇਆ ਉਸਮਾਨ ਸਾਹਿਬ ਤੁਸੀਂ ਰੈਸਟੋਰੈਂਟ ਦੇ ਓਨਰ ਬਣ ਕੇ ਨਹੀਂ ਗੱਲ ਕਰਨੀ ਕਸਟਮਰ ਬਣ ਕੇ ਗੱਲ ਕਰਨੀ ਹੈ ਤਨਕੀਦੀ ਨਿਗਾਹ ਨਾਲ ਦੇਖਣਾ ਵਾ ਤੁਸੀਂ ਦੇਖੋ ਕਿ ਇਹ ਤੁਹਾਨੂੰ 100 ਚੋਂ ਕਿੰਨੇ ਪਰਸੈਂਟ ਇਹ ਲੱਗਾ ਤਕਰੀਬਨ 40-45% 50 ਲਾ ਲਓ 50% ਲਗਾ ਯਾਨੀ ਤੁਸੀਂ ਇਹ ਸੋਚ ਸਕਦੇ ਆ ਕਿ 50% ਵਾਲਾ ਟੇਸਟ ਤੁਸੀਂ ਅਗਰ ਸ਼ੁਰੂ ਕਰੋ ਤੇ ਤੁਹਾਡੇ ਕੋਲ ਲੋਕ ਮੁਤਮਿਨ ਹੋਣਗੇ ਜਾਂ ਗਾਹਕ ਦੁਬਾਰਾ ਆਉਣਗੇ ਨਹੀਂ ਸਰ ਐਕਚੁਅਲੀ ਮੇਰਾ ਅਸੂਲ ਹੀ ਨਹੀਂ ਹੈ ਮੈਂ ਇੱਕ ਇਸ ਨਜ਼ਰੀਏ ਨਾਲ ਕੰਮ ਕਰਦਾ ਕਿ 100% ਇਨਸਾਨ ਨਹੀਂ ਹੋ ਸਕਦਾ ਅੱਲਾਹ ਤਾਲਾ ਨੇ ਕਿਤੇ ਨਾ ਕਿਤੇ ਕਮੀ ਕਤਾਈ ਰੱਖੀ ਹੁੰਦੀ ਲੇਕਿਨ ਜਿੰਨਾ ਤੁਸੀਂ ਮੈਕਸੀਮਮ ਮੈਚ ਕਰ ਸਕਦੇ ਹੋ ਚੀਜ਼ਾਂ ਨੂੰ 80% 90% ਤੱਕ ਤਾਂ ਲਿਜਾ ਸਕਦੇ ਹਾਂਜੀ ਔਰ ਉਹਦੇ ਲਈ ਮੈਂ ਦੇਖੋ ਨਾ ਜਿਹੜਾ ਮੇਰਾ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ 15 ਦਿਨ ਤੋਂ ਫੂਡ ਟੈਸਟਿੰਗ ਔਰ ਮੈਂ ਓਪਨਿੰਗ ਨਹੀਂ ਕਰ ਰਿਹਾ ਉਹਦੇ ਪਿੱਛੇ ਮੇਨ ਵਜ੍ਹਾ ਹੀ ਹੈ ਕਿ ਮੈਂ ਚਾਹੁੰਦਾ ਕਿ ਜਿਸ ਟਾਈਮ ਮੇਰੇ ਫੂਡ ਨੂੰ ਰੋਜ਼ ਦੀ 10,000 ਦੀ ਟੈਸਟਿੰਗ ਹੋ ਰਹੀ 15 ਦੀ ਹੋ ਰਹੀ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਜਿਸ ਟਾਈਮ ਖਾ ਕੇ ਲੋਕ ਕਹਿਣਗੇ ਨਾ 80-90% ਜਦੋਂ ਤੁਹਾਡੇ ਕੋਲ ਤੁਹਾਨੂੰ ਪਤਾ ਹੀ ਨਹੀਂ ਮੇਰੇ ਕੋਲ ਸ਼ੈਫ ਅੱਛਾ ਹੈਗਾ ਤੁਸੀਂ ਕਦ ਤੋਂ ਪੰਗਾ ਲਿਆ ਸਰ ਮੈਂ ਅੱਛੇ ਸ਼ੈਫ ਬੁਲਾਏ ਲੇਕਿਨ ਕਿਸੇ ਨਾ ਕਿਸੇ ਜਗ੍ਹਾ ਤੇ ਤੁਹਾਡਾ ਜ਼ੇਨ ਮੈਚ ਨਹੀਂ ਕਰਦਾ ਉਹਨਾਂ ਦੇ ਨਾਲ ਲਾਜ਼ਮੀ ਨਹੀਂ ਕਿ ਮੈਂ ਉਹਨਾਂ ਨੂੰ ਹੀ ਬੁਰਾ ਕਹਾਂ ਲੇਕਿਨ ਕਿਸੇ ਜਗ੍ਹਾ ਤੇ ਦੇਖੋ ਤੁਹਾਡਾ ਫੂਡ ਸਮਝ ਨਹੀਂ ਆ ਰਿਹਾ ਉਹਨਾਂ ਦੀ ਜ਼ਿੰਦਗੀ ਦੀ ਰੁਟੀਨ ਸਮਝ ਨਹੀਂ ਆਉਂਦੀ ਉਹਨਾਂ ਦਾ ਲਾਈਫ ਸਟਾਈਲ ਉਹਨਾਂ ਦਾ ਤਰੀਕਾਕਾਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨਾਲ ਤੁਸੀਂ ਐਗਰੀ ਨਹੀਂ ਕਰਦੇ ਤੁਹਾਨੂੰ ਪਤਾ ਕਿਸੇ ਟਾਈਮ ਇੱਥੇ ਸ਼ੈਫ ਰਸ਼ੀਦ ਵੀ ਆ ਸਕਦਾ ਖਾਣ ਲਈ ਐ ਨਾਜ਼ਰੀਨ ਮੈਂ ਤੁਹਾਨੂੰ ਜੈਨੂਇਨ ਗੱਲ ਦੱਸਾਂ ਦਫ਼ਤਰ ਦੇ ਨਾਲ ਉਸਮਾਨ ਭਾਈ ਦਾ ਡੇਰਾ ਵਾ ਰੋਟੀ ਜਦੋਂ ਦੀ ਇਹਨਾਂ ਦੀ ਉਸਮਾਨ ਭਾਈ ਨਾਲ ਤਲਕ ਬਣੇ ਨੇ ਪਿਆਰ ਮੁਹੱਬਤ ਬਣਿਆ ਇਹਨਾਂ ਦੇ ਘਰ ਘਰ ਰੋਟੀਆਂ ਨਹੀਂ ਪੱਕਦੀਆਂ ਹੁਣ ਇਹਨਾਂ ਦੀਆਂ ਬੁੱਢੀਆਂ ਨਕਾਰਾ ਹੋ ਗਈਆਂ ਨੇ ਹੁਣ ਇਹ ਜਿਹੜਾ ਨਾ ਬੰਦਾ ਇਹ ਇਕੱਲਾ ਬੰਦਾ ਨਹੀਂ ਇਹਨਾਂ ਦੀ ਅੰਮੀ ਵੀ ਆ ਨਹੀਂ ਜੀ ਬੁੱਢੀ ਵੀ ਹੈ ਮੰਮੀ ਵੀ ਹੈ ਇਹਨਾਂ ਨੂੰ ਪਾਲ ਰਿਹਾ ਹੈ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ ਭਾਈ ਇਹ ਤਾਂ ਭਾਈ ਫੈਸਲ ਦੀ ਬੇਗਮ ਨਾਲ ਫੋਨ ਕਰਕੇ ਕਹੂਗੀ ਜੇ ਉਸਮਾਨ ਹੋਟਲ ਤੇ ਆਉਂਦਾ ਦਾਲ ਲਈ ਆਈ ਪਾਣੇ ਖਾਈ ਆ ਇੱਕ ਟਾਈ ਬਾਪ ਉਸਮਾਨ ਸਾਹਿਬ ਗੱਲ ਆ ਅਗਰ ਤੇ ਤੁਸੀਂ ਸਾਡੇ ਤੋਂ ਬਗੈਰ ਸ਼ੁਰੂ ਕਰਨਾ ਤੇ ਤੁਸੀਂ ਭਾਵੇਂ ਸਵੇਰੇ ਕਰ ਲਓ ਸਹੀ ਹੈ ਅਗਰ ਤੁਸੀਂ ਕਹੋ ਕਿ ਜਾਨੀ ਭਾਈ ਤੁਸੀਂ ਸਾਡੇ ਸ਼ੋਅ ਕਰਨੇ ਨੇ ਲੋਕਾਂ ਨੂੰ ਦੱਸਣਾ ਫਿਰ ਪਾਣੇ ਅਸੀਂ ਉਦੋਂ ਦੱਸਣਾ ਜਦੋਂ ਅਸੀਂ ਕਵਾਂਗੇ ਕਿ ਵੀ ਇਹ ਤਾਂ ਦੇਖੋ ਨਾ ਮੇਰੇ ਤਾਂ ਤੁਹਾਨੂੰ ਪਹਿਲੇ ਹੀ ਇੱਕ ਗੱਲ ਕਹੀ ਹੈ ਕਿ ਜਿਸ ਦਿਨ ਤੁਸੀਂ ਓਕੇ ਕਹਿਣਾ ਉਸ ਦਿਨ ਓਪਨਿੰਗ ਹੋਣੀ ਬਸ ਠੀਕ ਹੈ ਜਿਸ ਦਿਨ ਤੁਸੀਂ ਓਕੇ ਅਸੀਂ ਓਕੇ ਕਹਿਣਾ ਉਸ ਦਿਨ ਇਨਸ਼ਾ ਅੱਲਾਹ ਅਸੀਂ ਕਹਿ ਦਾਂਗੇ ਕਿ ਭੈਣ ਫਿਲਹਾਲ ਕੋਈ ਨਹੀਂ ਇਸ ਹਿਸਾਬ ਨਾਲ ਤਾਂ ਸੋਹਣੀ ਰੋਜ਼ ਹੀ ਖਾ ਕੇ ਓਕੇ ਕਰ ਜਾਂਦਾ ਸਾਡੇ ਉਹ ਤਾਂ ਵੱਡੀ ਤੱਕ ਓਕੇ ਨਹੀਂ ਆਇਆ ਭਰਾਵਾ ਦੇਖੀ ਲੇਕਿਨ ਇਹਨਾਂ ਨੇ ਕਹਿਣਾ ਅੱਲਾਹ ਕਰੇ ਅਗਲੇ ਸਾਲ ਤੱਕ ਨਾ ਓਕੇ ਹੋਵੇ ਭਾਜੀ ਤੁਹਾਡਾ ਡੇਲੀ 10 ਡੇਲੀ 10 ਲੱਗ ਜਾਣੇ ਆ ਦੇਖੋ ਉਹ ਸਿੱਟੀ ਜਾ ਰਿਹਾ ਅੰਦਰ ਆਪਣੇ ਨੂੰ ਸੰਭਾਲ ਰਿਹਾ ਉਹ ਪੀਜ਼ਾ ਵੀ ਜਾਂਗ ਵਾਂਗੂ ਖਾ ਰਹਾ ਹੈ ਸਾਧੂ ਪੀਜ਼ਾ ਖਵਾ ਕੇ ਤੂੰ ਆਪ ਉੱਥੇ ਗੋਲ ਗੱਪੇ ਖਾਂਦਾ ਹੈਗਾ ਤੇ ਮੈਨੇ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਕੀ ਇਹਨੂੰ ਕਰੋਗੇ ਇਹ ਸਰ ਪਹਿਲੀ ਗੱਲ ਤੇ ਹੈ ਕਿ ਨਵੀਂ ਰੈਸਪੀ ਦੇ ਨਾਲ ਨਵਾਂ ਸ਼ੈਫ ਟਰਾਈ ਕਰਾਂਗੇ
ਔਰ ਇਨਸ਼ਾਅੱਲਾ ਇੱਕ ਦੋ ਦਿਨਾਂ ਵਿੱਚ ਨਹੀਂ ਚੈਕਿੰਗ ਕਰਨ ਵਾਲਾ ਵੀ ਨਵੇਂ ਟਰਾਈ ਕਰੋਗੇ ਕਿ ਉਹ ਇਹੀ ਨਹੀਂ ਇਹੀ ਟੀਮ ਨਹੀਂ ਇਹ ਟੀਮ ਇਹ ਹੀ ਹੈ ਟੀਮ ਇਹੀ ਹੈ ਸਮਾਨ ਤੈਨੂੰ ਇਹਨਾਂ ਨੇ ਕਾਬੂ ਕੀਤਾ ਵਾ ਸਹੀ ਤੂੰ ਇਹਨਾਂ ਦੇ ਫੁੱਲ ਹੱਥੇ ਚੜਿਆ ਪਾਇੰਟ ਕੋਈ ਗੱਲ ਨਹੀਂ ਸੁਬਾ ਸ਼ਾਮ ਦੁਪਹਿਰ ਤੋਂ ਇਹਨਾਂ ਨੂੰ ਪਾਲ ਰਿਹਾ ਇਹਨਾਂ ਨੇ ਤੇਰਾ ਸਾਰਾ ਹੋਟਲ ਖਾ ਜਾਣਾ ਕੋਈ ਗੱਲ ਨਹੀਂ ਅੱਗੇ ਆਪ ਖਾਂਦੇ ਸੀ ਹੁਣ ਘਰਾਂ ਨੂੰ ਵੀ ਲੈ ਕੇ ਜਾਣਾ ਆਵੇਲਾ ਤੂੰ ਆਵੇ ਸਮਝ ਗਿਆ ਨਾ ਤੂੰ ਇਹਨਾਂ ਨੂੰ ਜੀ ਹੌਲੀ ਹੌਲੀ ਦੋ ਜਣੇ ਆ ਡੱਬੇ ਤਿੰਨ ਹੋ ਜਣੇ ਆ ਉਹ ਪਾਇਨ ਹੈ ਇਹ ਮੇਰਾ ਨਹੀਂ ਕੁਝ ਵੀ ਖਾ ਰਹੇ ਆਪਣਾ ਨਸੀਬ ਖਾ ਰਹੇ ਤੂੰ ਇਹਨਾਂ ਦੀਆਂ ਬੁੱਢੀਆਂ ਨੂੰ ਨਾ ਸੌਰਾ ਸੌਰਾ ਲੱਗਣ ਲੱਗ ਪੈਣਾ ਕਿ ਅਬੂ ਅੱਜ ਨੀ ਪਾਪਾ ਜੀ ਨੇ ਭੇਜਿਆ ਕੁਛ ਭਾਈ ਇੱਧਰ ਤੇ ਖਬਰ ਲਵੋ ਦੇ ਓਏ ਇੱਧਰ ਮਿਸਤਰੀ ਲੱਗੇ ਆ ਅੱਜ ਛੁੱਟੀ ਆਉਂਦੇ ਆ ਇੱਕ ਮਿੰਟ ਠਹਿਰ ਤੇ ਜਾ ਯਾਰ ਫੋਨ ਆ ਰਿਹਾ ਇੱਕ ਮਿੰਟ ਜੀ ਇੱਧਰੋਂ ਜਾ ਕੇ ਹੋਰ ਜੇ ਤੇ ਇੱਧਰੋਂ ਹੋਰ ਜੇ ਇੱਧਰੋਂ ਤੂੰ ਫੜਿਆ ਜੂ ਤੇਰੀ ਉਂਗਲ ਲੱਗ ਗਈ ਤਾਜੀ ਇਹਨੂੰ ਪੈਕਿੰਗ ਕਰਕੇ ਦਿੱਤੀ ਤੇ ਉੱਥੇ ਰਾਹ ਜਾ ਕੇ ਗੁਬੜਾ ਲੈਂਦਾ ਪੈਸਲ ਦੇ ਮੂੰਹ ਨੂੰ ਚੈਕਿੰਗ ਲੱਗ ਗਈ ਹੈ ਜੀ ਇਸ ਕਰਕੇ ਡੇਲੀ ਚੈੱਕ ਕਰਦਾ ਲੱਗਦਾ ਇਹਨੇ ਨਾ ਅੱਗੋਂ ਕੋਈ ਬੰਦਾ ਐਸਾ ਲੱਭਿਆ ਵਾ ਕਿ ਪੈਂਟ ਤੁਹਾਨੂੰ ਜਿਹੜਾ 500 ਦਾ ਪੀਜ਼ਾ ਨਾ ਮੈਂ 350 ਦਾ ਲੈ ਕੇ ਦਿਆ ਕਰਾਂ ਇਹਨੇ ਘਰ ਜਾ ਕੇ ਨਾ ਜੀਤੋ ਪਾਕਿਸਤਾਨ ਚੋਂ ਸਮਾਨ ਨੇ ਦਿੱਤਾ ਮੈਨੂੰ ਜੀਤੋ ਪਾਕਿਸਤਾਨ ਚੋਂ ਸਮਾਨ ਭਾਈ ਨੇ ਦਿੱਤਾ ਓਏ ਇਹਨੂੰ ਤੇ ਪਰੇ ਕਰ ਯਾਰ ਫਰੀਦ ਉਸਤਾਦ ਜੀ ਮਾਰਿਓ ਨਾ ਬਸ ਨਾ ਇਹ ਕੁਛ ਨਾ ਕਿਉਂ ਮਾਰਿਓ ਨਾ ਮਸੂਮਾ ਪੌਲੀ ਦੇ ਕਤਰੇ ਪਿਆ ਦੇ ਫਿਰ ਉਹਨੂੰ ਤੱਕ ਪੈਰ ਚੁੰਮ ਕੇ ਜਾਣ ਡਈ ਮੇਰੀ ਗੱਲ ਸੁਣ ਗੱਲ ਇਹ ਨਹੀਂ ਕਿ ਗੱਲ ਇਹ ਹੈ ਉਸਮਾਨ ਸਾਹਿਬ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸਣਾ ਬਿੱਲੀ ਜਿਹੜੀ ਆ ਹਰ ਜਗ੍ਹਾ ਤੇ ਨਹੀਂ ਵੜ ਜਾਂਦੀ ਵੜ ਜਗ੍ਹਾ ਤੇ ਵੜ ਤੁਹਾਡੀ ਹਾਂਡੀ ਪੱਕੀ ਹੋਵੇ ਸੋਹਣਾ ਛੋਟਾ ਗੋਸ਼ਤ 2-2.5 ਕਿਲੋ ਅੰਦਰ ਪ੍ਰਾਹੁਣੇ ਬੈਠੇ ਹੋਣ ਤੇ ਭੁਜਵਾਂ ਗੋਸ਼ਤ ਹੋਵੇ ਉਹਨੇ ਵਿੱਚ ਉਹਦੇ ਮੂੰਹ ਮਾਰਨ ਲੱਗਿਆ ਦੇਖਣਾ ਕਿ ਮੈਂ ਕੀ ਬਗੈਰਤੀ ਕਰਨ ਲੱਗੀ ਆ 13 ਬੰਦਿਆਂ ਦਾ ਮੈਂ ਬੇੜਾ ਗਰਕ ਕਰ ਦੇਣਾ ਜਿਹੜਾ ਬੰਦਾ 2 ਘੰਟੇ ਤੇ ਉਹਨੂੰ ਭੁੰਨ ਰਿਹਾ ਛੋਟੇ ਗੋਸ਼ ਨੂੰ ਉਹਦੀ ਬਿੱਲੀ ਸੋਚਦੀ ਹੈ ਗੱਲ ਸਰ ਬਿੱਲੀ ਉਦੋਂ ਤੱਕ ਨਹੀਂ ਕਰਦੀ ਜਦੋਂ ਸਿਰਫ ਚੈੱਕ ਕਰਦੀ ਜੇ ਕਰੇਲੇ ਨਾ ਹੋਣ ਤੇ ਫਿਰ ਕਰ ਦਿੰਦੀ ਸਰ ਮੂੰਹ ਮਾਰ ਦਿੰਦੀ ਕਿ ਨਹੀਂ ਹਾਂਜੀ ਮਾਰ ਦਿੰਦੀ ਦੁੱਧ ਪਿਆ ਹੋਵੇ ਤੁਹਾਡਾ 2 ਕਿਲੋ 3 ਕਿਲੋ 4 ਕਿਲੋ ਉਹ ਦੇਖਦੀ ਆ ਵੀ ਇਹਨਾਂ ਦਾ ਨੁਕਸਾਨ ਹੋਏਗਾ ਨਹੀਂ ਨਹੀਂ ਸਾਡੀ ਅੱਲਾ ਮਾਫੀ ਦੇਵੇ ਸਾਡੀ ਕੌਮ 3ਵੇਂ ਰਾਤ ਨੂੰ ਬੁੱਢੀ ਠਾ ਕੇ ਕਹਿੰਦੀ ਆ ਉੱਠੋ ਬਿੱਲੀ ਬਾਹਰ ਕੱਢੋ ਮੈਨੂੰ ਨੀਂਦ ਨਹੀਂ ਆਉਣ ਦੀ ਲੈ ਬੰਦਾ ਵਿਚਾਰਾ ਜਿਹੜੀ ਮੁੱਛ ਦੇ ਨਾਲ ਨੀਂਦ ਵਿੱਚ ਰਾਤ ਨੂੰ ਬੈੱਡ ਦੇ ਥੱਲੇ ਸੋਟੀ ਮਾਰ ਰਿਹਾ ਮੈਂ ਲਾਸ ਲਾਣਾ ਤੇ ਨਿਕਲਦਾ ਬਾਹਰ ਨੀਂਦ ਵਿੱਚ ਬਿੱਲੀ ਫੜਨ ਡਿਆ ਸਾਡੀਆਂ ਬੁੱਢੀਆਂ ਇਦਾਂ ਦੀਆਂ ਵਾਸ਼ਰੂਮ ਦੇ ਅੰਦਰ ਜਾ ਕੇ ਨਾ ਇੱਕਦਮ ਬਾਹਰ ਰੱਖ ਲਾਉਣੀਆਂ ਹਾਂਜੀ ਜਾਨ ਨਹੀਂ ਦਈ ਕਿਰਲੀ ਆ ਆਹੋ ਲੇਕਿਨ ਸਰ ਜੀ ਲੌਜੀਕ ਹੈ ਇਹ ਗੱਲ ਤਾਂ ਕਿ ਬਿੱਲੀ ਨੂੰ ਮਾਰਨਾ ਚਾਹੀਦਾ ਮਾਰਨਾ ਹੈ ਹੀ ਨਹੀਂ ਬਿੱਲੀ ਨੂੰ ਰੂ ਨਾ ਮਾਰੋ ਜਾਂ ਬਿੱਲੀ ਨੂੰ ਇੱਦਾਂ ਕਰ ਦੋ ਕਿਚਨ ਦੇ ਵਿੱਚ ਤੇਰਾ ਮਤਲਬ 1.5 ਕਿਲੋ ਛੋਟਾ ਗੋਸ਼ਤ ਹੋਵੇ ਦੁੱਧ ਵਿੱਚ ਮੂੰਹ ਮਾਰ ਜਵੇ ਤੈਨੂੰ ਗੁੱਸਾ ਚੜੇ ਤੂੰ ਬਿੱਲੀ ਨੂੰ ਛੱਡ ਕੇ ਅੰਦਰੋਂ ਰੂਹ ਕੱਢਣ ਜਾਏਗਾ ਸਰਾਣਿਆਂ ਚੋਂ ਨਹੀਂ ਉਸਤਾਦ ਜੀ ਨਹੀਂ ਮਾਰਨਾ ਨਹੀਂ ਚਾਹੀਦਾ ਇਹਦੇ ਨਾਲ ਨਾ ਮਾਰੋ ਯਾਰ ਨਹੀਂ ਤੇ ਤੁਸੀਂ ਵੀ ਐਡਾ ਜੋ ਗੁੱਸਾ ਚੜਨਾ ਵਾ ਹਾਂਜੀ ਤੇ ਰੂਹ ਕਾ ਤੋਂ ਮਾਰਨਾ ਨਾ ਮਾਰੋ ਹੋਰ ਬਿੱਲੀ ਨੂੰ ਬੱਤੀਪੁਰ ਦਾ ਫੈਰ ਮਾਰਦੀ ਉਸਤਾਦ ਜੀ ਨਹੀਂ ਮਾਰੀਦਾ ਤਾਂ ਭਾਣ ਜਿਹੜਾ ਹੁੰਦਾ ਨਾ ਓਏ ਕੀ ਕਿਹਾ ਜੀ ਤੁਸੀਂ ਕੁੱਤਾ ਜਿਹੜਾ ਹੁੰਦਾ ਨਾ ਕੁੱਤਾ ਤਾਂ ਜੀ ਭਾਵੇਂ ਪਾਲਤੂ ਨਾ ਹੋਵੇ ਫਾਲਤੂ ਹੋਵੇ ਤੁਹਾਡੀ ਗਲੀ ਦੇ ਬਾਹਰ ਫਿਰ ਰਿਹਾ ਤੁਹਾਡਾ ਦਰਵਾਜ਼ਾ ਖੁੱਲ੍ਹਾ ਸਾਰੀ ਰਾਤ ਭੁੱਖਾ ਬਾਹਰ ਮਰ ਜਾਏਗਾ ਤੁਹਾਡੇ ਦਰਵਾਜ਼ੇ ਦੀ ਦਲੀਜ਼ ਅੰਦਰ ਨਹੀਂ ਜਾਏਗਾ ਚਾਬੀ ਨਹੀਂ ਹੁੰਦੀ ਉਸਤਾਦ ਜੀ ਉਹਦੇ ਕੋਲ ਹਾਂਜੀ ਕੀ ਵਜ੍ਹਾ ਕੀ ਇੱਕ ਮਿੰਟ ਠਹਿਰ ਜਾ ਵਿੱਚ ਕੁੱਤੇ ਦੇ ਲੱਤ ਨਾ ਫਸਾਓ ਤੁਹਾਡੀ ਵਿੱਚ ਟ੍ਰਿਪ ਨਹੀਂ ਕਰੀ ਜਾਂਦਾ ਯਾਰ ਕੁੱਤੇ ਦੇ ਵਿੱਚ ਲੱਤ ਨਾ ਫਸਾਓ ਤੇ ਠੀਕ ਹੈ ਬਿੱਲੀ ਬੜਾ ਮਾਸੂਮ ਜਾਨਵਰ ਆ ਪਿਆਰ ਵਾਲਾ ਜਾਨਵਰ ਆ ਲੇਕਿਨ ਉਸਤਾਦ ਜੀ ਇਹਦੇ ਤੇ ਗੁੱਸਾ ਬਹੁਤ ਹੁੰਦਾ ਇਹਦੀਆਂ ਹਰਕਤਾਂ ਨਹੀਂ ਸਹੀ ਇਹ ਬਹੁਤ ਨਾ ਭੂਏ ਚੜੀ ਹੈ ਬਿੱਲੀ ਦੀਆਂ ਲੂਮਾਂ ਚੱਲਦੀਆਂ ਉਹਨੇ ਵੀ ਇੱਥੋਂ ਹੀ ਖਾਣਾ ਯਾਰ ਥੋੜਾ ਜਿਹਾ ਜਾਨਵਰ ਨੂੰ ਇਹ ਤੇ ਹੋਵੇ ਨਾ ਤਮੀਜ਼ ਕਿ ਵੀ ਮੈਂ ਕੋਈ ਮਤਲਬ ਧੋਖੇਬਾਜ਼ੀ ਬਿੱਲੀ ਚ ਮੁਨਾਫਕਤ ਬਿੱਲੀ ਚ ਗੇੜੇਬਾਜ਼ੀ ਬਿੱਲੀ ਚ ਝੂਠ ਬਿੱਲੀ ਚ ਫਰੇਬ ਬਿੱਲੀ ਚ ਬਿੱਲੀ ਚ ਕਿਹੜੀ ਚੀਜ਼ ਨਹੀਂ ਹੈਗੀ ਓਵਰਲੈਪ ਨਹੀਂ ਹੈ ਆ ਟੀਵੀ ਚੈਨਲ ਵਾਲੇ ਅਕਸਰ ਕਹਿੰਦੇ ਨੇ ਕੁੱਤਾ ਨਹੀਂ ਕਹਿਣਾ ਜੀ ਖੋਤਾ ਨਹੀਂ ਕਹਿਣਾ ਜੀ ਲੈ ਵੀ ਉਹ ਜਾਨਵਰ ਨਹੀਂ ਕਰੋੜ ਰੁਪਏ ਦਾ ਕੁੱਤਾ ਵਾ ਤੁਹਾਡਾ ਤੇ ਸਸਤਿਆਂ ਦਾ ਵਾ ਪਿਆ ਨਾ ਮੇਰੇ ਕੋਲ ਜਿਹੜਾ ਹੈਗਾ ਜਰਮਨ ਸ਼ੈਫਰਡ 1.5 ਲੱਖ ਰੁਪਇਆ ਲਾ ਗਿਆ ਬੰਦਾ ਉਹਦਾ 1.5 ਲੱਖ ਰੁਪਇਆ ਉਹਦੇ ਉੱਤੇ ਲਾ ਕੇ ਬਿਮਾਰ ਬਹੁਤ ਸੀਗਾ ਉਹ 4 ਸਵਾਰੀਆਂ ਪੈਂਦੀਆਂ ਬੈਠਿਆ ਘਰ ਕੁੱਤਾ ਆਇਆ ਉਹਦੇ ਹੜਮਾ ਮੈਂ ਫਿਰ ਜਾ ਕੁੱਤਾ ਵਿਚਾਰਾ ਇਹਦਾ ਕੁੱਤਾ ਸਹੀ ਕੁੱਤਾ ਹੀ ਆ ਉਹ 1.5 ਲੱਖ ਰੁਪਇਆ ਨਾ ਜਿਹਦੇ ਅੱਜ ਉਹਦੀ ਰੱਸੀ ਸੀ ਨਾਲ ਉਹਦਾ ਵੀ ਲਾ ਕੇ ਗਿਆ
ਕੁੱਤਾ ਕਹਿੰਦੇ ਮਾਲਕਾ ਕਿਹਨੇ ਕੁੱਤਿਆਂ ਕੋ ਭੇਜਦਾ ਮੈਨੂੰ ਬਦਿਆ ਸੀ ਤੇ ਦੂਸਰੀ ਗੱਲ ਇਹ ਆ ਠੀਕ ਆ ਤੱਲਾ ਕਾ ਪਿਆਰ ਮੁਹੱਬਤ ਆਰਟਿਸਟ ਨੇ ਲੇਕਿਨ ਇੰਨਾ ਨਹੀਂ ਉਸਤਾਦ ਜੀ ਏਦਾਂ ਨਾ ਕਰੋ ਸਾਡੇ ਨਾਲ ਪਿਆਰ ਕਰਦੇ ਨੇ ਹੈ ਜੀ ਉਸਤਾਦ ਜੀ ਸਾਡੇ ਨਾਲ ਪਿਆਰ ਕਰਦੇ ਨੇ ਉਹ ਤੇ ਸਾਨੂੰ ਲੱਭ ਲੱਭ ਕਿੱਥੇ ਫਰੀਦ ਅੱਛਾ ਪਿਆਰ ਕਿੱਥੇ ਮਿੱਠਾ ਪਿਆਰ ਕਰ ਲੇਕਿਨ ਉਧਾਰ ਕਰ ਨਾਲ ਮੁਫਤ ਨਾ ਖਵਾ ਉਧਾਰ ਕਰ ਲਾ ਅੱਛਾ ਚਲੋ ਮੈਂ ਉਹ ਹੁੰਦਾ ਰਿਕਾਰਡ ਇੱਕ ਤੁਹਾਨੂੰ ਮਦੇ ਦੀ ਗੱਲ ਦੱਸਦਾ ਕਿ ਇੱਕ ਚੀਜ਼ ਦੀ ਖੁਸ਼ੀ ਬੜੀ ਹੁੰਦੀ ਹੈ ਕਿ ਉਹ ਇਹ ਹੁੰਦੀ ਹੈ ਕਿ ਜਦੋਂ ਮਿੱਠਾ ਰੋਜ਼ 5 ਵਜੇ ਨਾ ਮੈਨੂੰ ਫੋਨ ਆਉਂਦਾ ਉਹਦਾ ਸ਼ਾਮ ਨੂੰ ਔਰ ਉਹ ਫੋਨ ਆਉਂਦਾ ਨਾ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਉਹ ਸਪੈਸ਼ਲੀ ਘਰੋਂ ਖਾਣਾ ਲਿਆ ਕੇ ਜਦੋਂ ਆਪਣੇ ਅੱਗੇ ਰੱਖਦਾ ਨਾ ਉਹ ਮੈਨੂੰ ਕਾਲ ਕਰਦਾ ਵਾ ਕਿ ਭਾਈ ਉਸਮਾਨ ਕਿੱਥੇ ਹੋ ਆਓ ਤੁਸੀਂ ਨਾਲ ਬੈਠਣਾ ਤੇ ਮੈਂ ਰੋਟੀ ਖਾਣੀ ਅਸੀਂ ਸਾਰੇ ਹੀ ਇੱਦਾਂ ਕਰਨੇ ਖਾਣਾ ਘਰੋਂ ਲਿਆਉਂਦੇ ਸਾਜੀ ਸੱਚੀ ਗੱਲ ਦੱਸੀ ਇਹ ਸਾਰਾ ਖਾਧਾ ਵੀ ਹੈ ਹਾਂਜੀ ਮੈਂ ਖਾਣਾ ਵਾ ਉਹ ਆਪਣੀ ਦੋ ਰੋਟੀਆਂ ਦੇ ਜੇ ਲੋਕੋ ਪੀਸ ਵੀ ਪਗਾ ਲੈਂਦੇ ਨੇ ਜਿੰਨੇ ਗਾਹਕ ਹੋਣ ਮੈਂ ਉਹਨਾਂ ਨੂੰ ਦੇਣਾਗਾ ਦਵਾ ਹੋ ਜਾਏ ਤੋਂ ਪਤਾ ਲੱਗਾ ਜੀ 10,000 ਸੇਲ ਕੀਤੀ ਹੈ 6,500 ਦਾ ਪ੍ਰਮੋਸ਼ਨ ਵਾਲੇ ਖਾ ਗਏ ਇਹਨੇ ਸ਼ੈਫ ਨੂੰ ਕਿਹਾ ਕਰਨਾ ਸਿਰਫ 3 ਪੀਜ਼ੇ ਸਹੀ ਬਣਾ ਦੇ ਬਾਕੀ ਬੇੜਾ ਗਰਕ ਕਰ ਦੇ
महीने के बाद समान भाई सानू लभने केरी वाली छली वेचण दे ਜਿਹੜਾ ਖਾਣਾ ਕਿਸੇ ਵੀ ਤੁਹਾਡੀ ਟੀਮ ਮੈਂਬਰ ਦਾ ਕੋਈ ਤੁਹਾਡੇ ਗੈਸਟ ਆ ਜਾਂਦੇ ਨੇ ਉਹਦੇ ਖਾਣੇ ਦੇ ਬਿੱਲ ਤੁਹਾਡੇ ਉਹਨੇ ਨਹੀਂ ਮੈਂ ਸੱਚੀ ਦੱਸਣ ਲੱਗਾ ਉਹਦਾ ਬਿੱਲ ਤੁਹਾਡੇ ਭਾਈ ਉਸਮਾਨ ਆ ਕੇ ਮੈਨੂੰ ਪੇ ਕਰ ਤੈਨੂੰ ਕੋਈ ਕਲਾਇੰਟ ਕਸਟਮਰ ਸਪੈਸ਼ਲ ਇਸ ਵਜ੍ਹਾ ਤੋਂ ਤੈਨੂੰ ਕੋਈ 2% 5% 10% ਕਿਤੇ ਲੱਗਦਾ ਕਿ ਯਾਰ ਇਹਨਾਂ ਦੀ ਵਜ੍ਹਾ ਤੋਂ ਕੋਈ ਗਾਹਕ ਮੇਰੇ ਆਉਂਦੇ ਨੇ ਜਾਂ ਬਿਲਕੁਲ ਆਉਂਦੇ ਆਉਂਦੇ ਨੇ ਬਿਲਕੁਲ ਆਉਂਦੇ ਬਸ ਅੱਗੋਂ ਇਹਦਾ ਫਿਸ਼ ਦਾ ਸੀਜ਼ਨ ਆ ਰਿਹਾ चार बंदे ऐसे बनाने फिश ली जेड़े ठीक ना बनाउन एक दो तीन चार नहीं अल्लाह का शुक्र है कि वो बिल्कुल ठीक बन नहीं फिश फिश लो इहदा ओके है निजाम भाई समान दा फिश दा सीजन आंदा किहड़ा ते कल्ले दा आंदा साडा भी तां आउणी डिया अच्छा इहने बाहर फिश लाई अंदर इहने जार लाया खूबसूरती वास्ते ते करैक्टर गया उह च हत्थ पा के कहिंदा आ ते बणा इक उहने कहा इत्थे थोड़ा 15,000 दी इहनूं रख लै ਨਹੀਂ ਭਾਈ ਸਮਾਨ ਸਾਡੀ ਵੇ ਪਾਟਾ ਸੂਟ ਪਾ ਕੇ ਹੱਥ ਚ ਪਕਾਣਾ ਲਿਆ ਕੇ ਲੂਮ ਵਾਲੀ ਮਾਰ ਲਿਆ ਕੇ ਇੱਥੇ ਮੇਰਾ ਹੋਟਲ ਸੀ ਇੱਥੇ ਮੇਰਾ ਹੋਟਲ ਸੀ ਔਰ ਮੈਂ ਇੱਕ ਹੋਰ ਚੀਜ਼ ਮਜ਼ੇ ਦੀ ਗੱਲ ਦੱਸਾਂ ਮੈਂ ਇਹਨਾਂ ਨੂੰ ਪਰਸਨਲੀ ਕਹਿੰਦਾ ਕਿ ਯਾਰ ਮਟਨ ਆ ਫਿਸ਼ ਆ ਚਿਕਨ ਆ ਬਾਰਬੀਕਿਊ ਆ ਕੀ ਖਾਣਾ ਲੇਕਿਨ ਇਹ 90% ਦਾਲ ਸਬਜ਼ੀ ਇਹ ਜੇ ਇਦਾਂ ਹੀ ਤੇਰਾ ਹਾਲ ਰਹਿਣਾ ਇਹਨਾਂ ਨੂੰ ਤੂੰ ਖਵਾਉਂਦਾ ਰਿਹਾ ਇੱਕ ਟਾਈਮ ਐਸਾ ਹੋਣਾ ਤਾਜੀ ਸਾਨੂੰ ਮੈਂ ਸਹੀ ਦੱਸਦਾ ਫਿਰ ਮਟਨ ਆ ਚਿਕਨ ਆ ਬੀਫ ਆ ਇਹਦੇ ਹਲੇ ਜਾਣਾ ਸਟਾਫ ਫੂਡ ਬਣਿਆ ਵਾ ਦਾਲ ਸਾਨੂੰ ਇਸ ਗਲਾਸ ਦੀ ਦਾਲ ਦਿੰਦੇ ਹਨ ਅਸੀਂ ਉਹਦੀ ਤਰੀਫ ਕਰਦੇ ਕਰਦੇ ਔਰ ਦਾਲ ਦੀ ਅਸੀਂ ਕਰੀਮਾ ਪਾਉਂਦਾ ਵਾ ਇੰਜ ਕਰਕੇ ਸਾਨੂੰ ਉਹੀ ਮਟਨ ਲੱਗਦੀ ਹੁੰਦੀ ਆ ਅੱਛਾ ਭਾਈ ਮੇਰੇ ਤੇ ਤਨਕੀਦ ਕਰ ਰਹੇ ਆ ਇਹ ਆਪਣਾ ਲੈਵਲ ਦਾਲ ਤੋਂ ਕਿਉਂ ਨਹੀਂ ਵਧਾਉਂਦੇ ਯਾਰ ਅਸੀਂ ਕਿਉਂ ਆਪਣੇ ਆਪ ਨੂੰ ਖਰਾਬ ਕਰੀਏ ਤੋ ਇਹ ਤੇਰੇ ਕੋਈ ਇਸ ਤੋਂ ਜ਼ਿਆਦਾ ਮਟਨ ਨਹੀਂ ਖਾਂਦੇ ਉਹਨਾਂ ਨੂੰ ਪਤਾ ਇਹ ਦਾਲ ਤੋਂ ਵੀ ਜਾਈ ਮੈਂ ਇਹਨਾਂ ਨੂੰ ਮਟਨ ਖਵਾਵਾਂਗਾ 5 ਕਿਲੋ ਮਟਨ ਮੇਰਾ ਇਹਨਾਂ ਵੱਲੋਂ ਇਹ ਜੇ ਇਹਨਾਂ ਦੀ ਕੋਈ ਵੀਡੀਓ ਅਪਲੋਡ ਹੋਵੇ 500K ਤੋਂ ਉੱਪਰ ਲਾਈਕਸ ਲੈ ਜਾਣ ਮੈਨੂੰ ਲੋ 5 ਕਿਲੋ ਮਟਨ ਲਾਈਕਸ ਆ ਲਓ ਆ ਟਾਰਗੇਟ ਦੇਤਾ ਹੀ ਓਕੇ ਹੋ ਗਿਆ 500 ਵਿਊਜ਼ ਅਸੀਂ ਹੁਣ ਜਾ 500 ਅਸੀਂ ਹੁਣ ਦਾ ਜਾਣਾ ਉਹ ਅੱਲਾ ਦੇ ਹੁਕਮ 500K ਤੜਾ ਤੜ ਅੱਛਾ 500K ਤੋਂ ਉੱਪਰ ਵੀਡੀਓ ਕੋਈ ਵੀ ਟੱਪ ਜੇ ਇਹਨਾਂ ਦੀ ਹੋਵੇ ਇਹਨਾਂ ਦੇ ਕੰਟੈਂਟ 'ਚ ਨਹੀਂ ਜਾਣਾ ਹੋਵੇ ਨਹੀਂ ਤੁਸੀਂ ਨਹੀਂ ਇਹਨਾਂ ਦੀ ਹੋਵੇ ਇਹਨਾਂ ਦੀ ਵੀਡੀਓ ਹੋਵੇ फैसल नू कढ के सोनी मिठा फरीद ते इमली ए चारे जाने वीडियो बनाउन एक हफ्ते दे विच 500K हो जावे अगर ना हो ₹50,000 देना ठीक है ना अगर 500K हो गई इंशाल्लाह तला होगी मेनू मान है सारे अगर हो गई तो तुम 50,000 देना अगर ना हो असी सारे ने 10,000 रुपया साड़ी सैलरी चो कट के असी पार्टी करांगे सर नहीं चलो जी तू 10,000 कह रहे हैं 5,000 दे देना नहीं नहीं 10,000 5,000 दे देना लेकिन ये शर्त जेडी उस्ताद जी 28 लेकिन तुसी लोकां नु ये नहीं कहना के जी बार बार देखो कोई बंदा लगा रहे वाच करन नहीं कोई यानी के इलीगल वे नहीं उच्च इस्तेमाल होना चाहिए लो जी फाइनल एक दफा सुन लो गल सोनी मिठा फरीद इमली ये चार लोग एक वीडियो बनाउणगे अज बनाउण कल बनाउण जदों भी सानू एक आवाज़ दे देण
कि पैण आ वीडियो घंटे बाद अपलोड होने लगी जे या अपलोड हो गई जे 10 मिनट हो गए आ उस तो बाद टाइम शुरू होएगा 1 वीक दे विच 500K हो जाए 50,000 रुपया मैं देना 5 किलो मटन 5 किलो मटन इन्हों ने को 15,000 का भी आ ठीक हो गया जी 65,000 हो गया अगर ना होया इन चारा ना 5,000 रुपया सैलरी जो कटिया जाएगा पहले हूँ ये पुछो तुम पार्टीसपेट कर दे करांगे जी जरूर करांगे डन हो गया तू पार्टीसपेट करदा अगली फर्स्ट जी उस वीक होनी चाहिए लो जी नाज़रीन सानू चैलेंज मिल गया उस्मान साहब वालों ਤੇ ਉਸਤਾਦ ਜਾਨੀ ਸਾਹਿਬ ਵੱਲੋਂ ਤੁਸੀਂ ਕਰਨਾ ਖਿਆਲ ਰੱਖਣਾ 500K ਕਰਨਾ ਹਫਤੇ ਦੇ ਅੰਦਰ ਅੰਦਰ ਤੇ ਜਦੋਂ ਸਾਡੀ ਵੀਡੀਓ ਅਪਲੋਡ ਹੋਣੀ ਅਸੀਂ ਤੁਹਾਨੂੰ ਦੱਸਣਾ ਕਿ ਆਹ ਵੀਡੀਓ ਸਟਾਰਟ ਹੋ ਗਈ ਆ ਤੇ 65,000 ਇਹਨਾਂ ਦਾ ਡਬੋਣਾ ਜਿਹਨੇ ਕਿ ਡਬੋਣ ਤੇ ਮੇਰਾ ਸਾਡੇ ਕੋਲ ਨਹੀਂ ਅੱਛਾ ਤੁਸੀਂ ਉਦੋਂ ਨਹੀਂ ਦੱਸਣਾ ਤੁਸੀਂ ਇੱਕ ਵੀਡੀਓ ਪਹਿਲੇ ਵੀ ਦੱਸ ਸਕਦੇ ਕਿ ਜੀ ਅਸੀਂ ਕੱਲ ਨੂੰ ਕਰਨੀ ਹੈ ਓਕੇ ਹੋ ਗਿਆ ਤੁਹਾਨੂੰ ਮਾਰ ਜਾਣਾ ਇਹ ਤਾਂ ਉਸਤਾਦ ਜੀ ਦੱਸ ਸਕਦੇ ਕਿ ਜਿਹੜੇ ਫੈਨ ਤੁਹਾਡੇ ਨਾਲ ਪਿਆਰ ਕਰਦੇ ਆ ਤੁਹਾਡੀ ਜੁੱਤੀ ਦਾ ਸਦਕਾ ਸਾਡੇ ਨਾਲ ਵੀ ਉਨਾ ਹੀ ਪਿਆਰ ਕਰਨਗੇ ਇਹ ਇਮਲੀਨਾ ਇਨਸ਼ਾਅੱਲਾ ਸਾਹ ਜੀ ਅਸੀਂ ਟੀਜ਼ਰ ਚਲਾ ਸਕਦੇ ਛੋਟਾ ਜਿਹਾ ਉਹਦਾ ਹਾਂ ਚਲਾਓ ਜੋ ਤੁਹਾਡਾ ਦਿਲ ਕਰਦਾ ਕਰੋ ਠੀਕ ਹੋ ਬਸ ਕੋਈ ਦੇਖੇ ਬਸ ਕੋਈ ਨੈਗੇਟਿਵ ਨਹੀਂ ਫੇਕ ਵੀਊ ਨਹੀਂ ਹੋਣਾ ਚਾਹੀਦਾ ਤੁਸੀਂ ਭੈਣ ਮੇਰੀ ਗੱਲ ਸੁਣੋ ਤੁਸੀਂ ਅੱਜ ਪ੍ਰਮੋਟ ਕਰ ਲਓ ਤੁਸੀਂ ਅੱਜ ਤੋਂ ਬਾਅਦ ਨਾ ਅੱਜ ਤੋਂ ਤੁਸੀਂ ਛੋਟਾ ਛੋਟਾ ਇਹ ਆਪਣਾ ਵੀ ਉਹ ਬਣਾਓ ਸ਼ਾਰਟ ਵੀਡੀਓ ਸ਼ਾਰਟ ਵੀਡੀਓ ਤੋਂ ਲੋਕਾਂ ਨੂੰ ਕਹੋ ਜੀ ਕਿ 1 ਤਰੀਕ ਤੋਂ ਲੈ ਕੇ 6 ਤਰੀਕ ਦੇ ਵਿੱਚ ਸਾਡੀ ਇੱਕ ਐਸ ਨਾਂ ਦੀ ਵੀਡੀਓ ਹੋਏਗੀ ਉਹਦਾ ਪਹਿਲੇ ਪਲਾਨ ਕਰ ਲਓ ਠੀਕ ਹੈ ਪਲੀਜ਼ ਉਹਨੂੰ ਤੁਸੀਂ ਵਾਚ ਕਰਨਾ ਸਾਨੂੰ 500K ਚਾਹੀਦਾ ਅਸੀਂ ਸ਼ਰਤ ਲੱਗੀ ਤੁਸੀਂ ਅੱਜ ਤੋਂ ਕਹਿਣਾ ਸ਼ੁਰੂ ਕਰ ਦਿਓ ਓਕੇ ਹੋ ਗਿਆ ਜਿਹੜਾ ਆਪਣੇ ਕ੍ਰੈਡਿਟ ਇਲੀਗਲ ਕੁਝ ਨਹੀਂ ਕਰਨਾ ਲੀਗਲ ਜੋ ਮਰਜ਼ੀ ਸਾਜੀ ਅੱਜ ਤੱਕ ਸਾਡੇ ਸੈਟਅਪ ਤੇ ਇਲੀਗਲ ਕੰਮ ਹੋਏ ਨਹੀਂ ਕਦੇ ਅੱਜ ਸ਼ਰਤ ਹੋਰ ਵਧਾ ਲਓ ਸ਼ਰਤ ਹੋਰ ਵਧਾ ਲਓ ਵਿੱਚ ਮੇਰਾ ਚਿਹਰਾ ਵਾ ਬਹੁਤ ਕੰਮ ਪੈ ਜਾਣਾ ਵਧਾ ਲਓ ਸ਼ਰਤ ਇਹਦਾ ਚਿਹਰਾ ਲਾ ਦੇ ਵਿੱਚ ਉੱਪਰ ਓਏ ਪਹਿਲੇ ਤੇ 500K ਹੁੰਦੇ ਕਿੰਨੇ ਆ 10 500K ਹੁੰਦਾ ਵਾ 5500 ਹਾਂ ਲੋ ਹੋਰ ਦੱਸੋ ਹੁਣ ਝੂਠ ਬੋਲਿਆ ਤੇ ਉਹਦੇ ਚੋਂ 13 ਦੇ ਉਹਦੇ ਚੋਂ 13 ਬੰਦਿਆਂ ਨੇ ਤੇਰੇ 13 ਬੰਦਿਆਂ ਨੇ ਕਰ ਦਿੱਤਾ ਲਾਈਕ ਬਾਕੀ ਕਿੰਨੇ ਕਰਨੇ ਉਸਤਾਦ ਜੀ 5 ਲੱਖ ਬੰਦੇ ਨੇ ਮੈਨੂੰ ਲਾਈਕ ਕਰਨਾ ਇਸ ਵੀਡੀਓ ਤੋਂ ਬਾਅਦ 5 ਲੱਖ ਬੰਦੇ ਨੇ ਕੇਕੂ ਦਾ ਨਹੀਂ ਮੈਨੂੰ ਪਤਾ ਲੇਕਿਨ 5 ਲੱਖ ਬੰਦੇ ਨੇ ਮੈਨੂੰ ਲਾਈਕ ਕਰਨਾ ਅੱਛਾ ਟੀਵੀ ਤੇ ਬਹੁਤ ਸੋਹਣਾ ਨਾ ਜਿਹਦੇ 40 ਹੋ ਜਾਣ ਉਹ ਮਾਸ਼ਾਅੱਲਾ ਠੀਕ ਹੁੰਦਾ ਵਾ 5 ਲੱਖ ਇਹ ਗਲਤ ਫਸ ਗਏ ਆਪਾਂ ਠੀਕ ਹੈ ਕੋਈ ਨਹੀਂ ਟੈਨਸ਼ਨ ਨਾ ਲਓ ਮਿਹਨਤ ਕਰਾਂਗੇ ਤੇਰੇ ਹੁੰਦੇ ਘਬਰਾਉਣੇ ਪਹਿਲੇ ਵੀ ਠੀਕ ਸੀ ਯਾਰ ਸੱਚੀ ਮੁੱਚੀ ਮੇਰੇ ਹੁੰਦੇ ਘਬਰਾ ਰਿਹਾ ਤੂੰ ਮੈਂ ਤੈਨੂੰ ਕਹਿਣ ਦੇ ਮੈਂ ਜਾਨ ਤੇ ਖੇਡ ਜਾਣਾ ਵਾ ਉਹ ਤੂੰ ਖੇਡ ਜਾ ਕਿਤੇ ਨਿਬੜ ਜਾ ਨਿਬੜ ਜਾ ਨਿਕਲ ਜਾ ਮੈਂ ਤੁਸੀਂ ਇੱਥੇ ਲੜੀ ਜਾਣਾ ਜੂਝ ਮਜੂਝ ਮੇਰੀ ਗੱਲ ਨੂੰ ਮੰਨ ਲਓ ਸੌਰੀ ਕਰ ਆ ਤੁਹਾਡੇ ਜੀ ਨਾ ਇਤਫਾਕੀ ਆ ਦੇਖ ਲਓ ਅਗਲੇ ਕੀ ਕੁਝ 20 ਲੱਖ ਰੁਪਇਆ ਤੁਹਾਡੇ ਲਾਉਣ ਡਏ ਆ ਸਾਡੇ ਨਾ ਇਤਫਾਕੀ ਤੇ ਫੈਮਿਲੀ ਪਿੱਛੇ ਸੰਡਾਈ ਹੋਵੇ ਉਹ ਕੈਸਾ ਤੇ ਯਾਰ ਤੂੰ ਟੈਨਸ਼ਨ ਵਾਲਾ ਮੇਰੇ ਸਿਰ ਤੇ ਆ ਤੁਸੀਂ ਸਾਰੇ ਓਏ ਫਿੱਟੇ ਮੂੰਹ ਲਗਾਲ ਫਿਲਮ ਦੇ ਕਚਰੇ ਓ ਮੇਰੀ ਗੱਲ ਸੁਣ ਤੁਸੀਂ ਜੰਮੇ ਆ ਕਿ ਦਰਖਤ ਤੋਂ ਡਿੱਗੇ ਆ ਮੇਰੀ ਵੀ ਸੁਣ ਲਓ ਓਏ ਪੈਕਟਾਂ ਚ ਕੂੜਾ ਪਾਇਆ ਹੁੰਦਾ ਇੱਕ ਮਿੰਟ ਠਹਿਰ ਕੇ ਉਹ ਦੇਖ ਲਓ ਲੈ ਲਓ ਨਜ਼ਾਰੇ ਆ ਦੇਖ ਜਰਾ ਇਹਦਾ ਕੋਈ ਤੁੱਕ ਬਣਦਾ ਵਾ ਸਾਜੀ ਉਹ ਤੁਸੀਂ ਉਹਦੇ ਬੈਠੇ ਬੂਏ ਤੇ ਉੱਤੇ ਉਹਦਾ ਉਹ ਜੋ ਉੱਤੋਂ ਥੁੱਕ ਦਵੇ ਸਾਲਨ ਚ ਫੇਰ ਕਿੱਦਾਂ ਪਾਨ ਖਾਣ ਡਈ ਇਹਦਾ ਕਦੀ ਕੁੱਤਾ ਦੇਖਦਾ ਵਾ ਨਹੀਂ ਸਾਜੀ ਕੁੱਤੇ ਦੇ ਨਾਲ ਵੀ ਗੰਦੇ ਹੁੰਦੇ ਨੇ ਉਹ ਸਾਜੀ ਕੁੱਤੇ ਇਹ ਬਿੱਲੀ ਸਭ ਤੋਂ ਅੱਛਾ ਜਾਨਵਰ ਆ ਪਤਾ ਫੂਡ ਟੈਸਟਿੰਗ ਚੱਲਣ ਡਈ ਆ ਲਾਲਾ ਬਾਨੋ ਉਹ ਵੇਖ ਲਰਾ ਦੇ ਕੰਮ ਚੈੱਕ ਕਰ ਉਹਨੂੰ ਕੋਈ ਭਾਰ ਹੈਗਾ ਕਿਸੇ ਦਾ ਨਾ 100K ਤੇ ਆ ਵੀ ਲੈਣ ਆਈ ਆ ਉਸਤਾਦ ਜੀ ਹਾਂ ਇਨਿਕ ਤੇ ਹੈ ਉਹਨੂੰ ਕਹਦਾ ਭਾਈ ਨੇ ਡਨ ਹੋ ਗਿਆ ਮਿੱਠਾ ਫਰੀਦ ਇਮਲੀ ਤੇ ਸੋਹਣੀ ਇੱਕ ਵੀਡੀਓ 1 ਵੀਕ ਚ 500K 500K ਯਾਨੀ 5 ਲੱਖ ਇਨਸ਼ਾਅੱਲਾ ਇਨਸ਼ਾਅੱਲਾ 5 ਲੱਖ ਠੀਕ ਹੈ ਜੀ ਅਗਰ ਤੁਸੀਂ ਉਹਨੂੰ ਕਰ ਗਏ ਠੀਕ ਹੈ ਜੀ ਤੇ 50,000 ਰੁਪਇਆ ਪਲੱਸ ਮਟਨ ਨਾਲ ਰੋਟੀ ਮਟਨ ਛੱਡੋ ਤੁਸੀਂ ਮਟਨ ਤੋਂ ਇਲਾਵਾ ਵੀ ਜੋ ਕਹਿਣਗੇ ਪੂਰੇ ਹੋਟਲ ਦਾ ਪੂਰਾ ਮੈਨੂ ਇਹਨਾਂ ਨੇ ਓਕੇ ਹੈ ਨਾ ਮਟਨ ਓਕੇ ਜੀ ਸੁਣ ਲਿਆ ਅੱਛਾ ਸੁਣ ਲਓ ਦੂਸਰੀ ਗੱਲ ਅਗਰ ਤੁਸੀਂ ਨਾ ਕੀਤਾ ਟਾਰਗੇਟ ਪੂਰਾ ਤੇ 20,000 ਰੁਪਇਆ ਤੁਸੀਂ ਦੇਣਾ 5,500 ਚਾਰਾਂ ਜੀ ਕਿਉਂ ਦਿਲ ਘਬਰਾਉਣ ਦੇ ਸਾਡਾ ਹੁਣ ਬਸ ਕਰੋ ਗੱਲ ਕਰ ਲਈ ਨਾ ਓਕੇ ਚਲੋ ਅਸੀਂ 20 ਵੀ